ਹਾਜਰਾ ਮੈਂ ਆ ਤਿੰਦਰਪਾਲ ਸਿੰਘ YouTube ਚੈਨਲ ਸੀਫਾਈ ਪੰਥ ਖਾਲਸਾ ਤੋਂ ਵਾਇਗੁਰਜੀ ਖਾਲਸਾ ਵਾਇਗੁਰਜੀ ਕੀ ਫਤਿਹ ਕਿਸਾਨੀ ਅੰਦੋਲਨ ਆਪਣੇ ਸਿਖਰ ਤੇ ਪਹੁੰਚ ਰਿਹਾ ਅੱਗੇ ਅੱਗੇ ਵਧ ਰਿਹਾ ਇਸ ਸਾਰੀ ਦੀ ਸਾਰੀ ਜੋਸ਼ ਵਾਲੀ ਕਾਰਵਾਈ ਚੋਕਾ ਦੇ ਅਸੀਂ ਪੰਜਾਬ ਦੇ ਤੇ ਸਿੱਖਾਂ ਦੇ ਬਾਕੀ ਅਸਲ ਮੁੱਦੇ ਨਾਲ ਭੁੱਲ ਜਾਈਏ ਉਸ ਵਾਰ ਮੈਂ ਤੁਹਾਡਾ ਧਿਆਨ ਖਿੱਚਣਾ ਚਾਹੁੰਦਾ ਤੇ ਬੇਨਤੀ ਫੇਰ ਆਰਾਮ ਵਿੱਚ ਹੀ ਕਰ ਦੇਣਾ ਚਾਹੁੰਦਾ ਵੀਡੀਓ ਜਰੂਰ ਪੂਰੀ ਸੁਣਿਆ ਜੇ ਤਪੈ ਇਸ ਨੂੰ ਸੁਣਦੇ ਸੁਣਦੇ ਸ਼ੇਅਰ ਜ਼ਰੂਰ ਕਰ ਦਿਆ ਜੇ ਲਾਈਕ ਵੀ ਕਰ ਦਿਆ ਜੇ ਜਿਨ੍ਹਾਂ ਨੇ YouTube ਚੈਨਲ ਸੀਫਾਈ ਪੰਥ ਖਾਲਸਾ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਦਿਆ ਜੇ ਤੇ ਬੈਲ ਦਾ ਬਟਨ ਨੱਪਿਆ ਜੇ ਗੱਲ ਕਰ ਰਹੇ ਹਾਂ ਅੱਜ ਤੁਹਾਡੇ ਨਾਲ ਇੱਕ ਫੜੇ ਗਏ ਪਗੋੜੇ ਦੋਸ਼ੀ ਦੀ ਅ ਕਿਹੜਾ ਦੋਸ਼ੀ ਸੀ ਜਿਹੜਾ ਪਗੋੜਾ ਸੀ ਅਤੇ ਫੜਿਆ ਗਿਆ ਪ੍ਰਦੀਪ ਕਲੇਰ ਇਸ ਪ੍ਰਦੀਪ ਕਲੇਰ ਨਾਮ ਦੇ ਦੋਸ਼ੀ ਨੂੰ ਫਰੀਦਕੋਟ ਦੀ ਪੁਲਿਸ ਨੇ ਜਾ ਕੇ ਗਾਜ਼ੀਆਬਾਦ ਤੋਂ ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਇਸ ਦੀ ਗ੍ਰਿਫਤਾਰੀ ਕਿਉਂ ਹੋਈ ਕੀ ਕਾਰਨ ਸੀ ਉਹ ਮੁੱਖ ਕਾਰਨ ਸੀ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਦਾ ਸਿਲਸਲਾ ਸ਼ੁਰੂ ਹੋਇਆ ਸੀ ਉਹ ਬੇਦਬੀਆਂ ਦੇ ਸਿਲਸਲੇ ਵਿੱਚ ਇਸ ਦੀ ਗ੍ਰਿਫਤਾਰੀ ਹੋਈ ਸਭ ਤੋਂ ਪਹਿਲੀ ਬੇਅਦਬੀ ਜਿਹੜੀ ਪੰਜਾਬ ਵਿੱਚ ਜਿੱਥੋਂ ਬੇਅਦਬੀਆਂ ਆਰੰਭ ਹੋਈਆਂ ਉਹ ਬੇਅਦਬੀ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ 2015 ਬੁਰਜ ਜਵਾਰ ਸਿੰਘ ਵਾਲਾ ਵਖਿਆ 2015 ਤੋਂ ਪਹਿਲਾਂ ਪੰਜਾਬ ਵਿੱਚ ਕਿਤੇ ਵੀ ਕੋਈ ਬੇਅਦਬੀ ਦੀ ਘਟਨਾ ਨਹੀਂ ਸੀ ਵਾਪਰੀ ਇਹ ਗੱਲ ਬੜੀ ਗੰਭੀਰ ਹੈ ਅਤੇ ਵਿਚਾਰਨ ਵਾਲੀ ਹੈ ਉਦੋਂ ਸਾਡੇ ਪੰਥਕ ਸਰਕਾਰ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਉਸ ਵੇਲੇ ਸਰਕਾਰ ਵਿੱਚ ਡਿਪਟੀ ਸੀਐਮ ਸਨ ਤੇ ਉਹਨਾਂ ਕੋਲ ਗ੍ਰਹਿ ਮੰਤਰਾਲਾ ਵੀ ਸੀ ਉਹ ਗ੍ਰਹਿ ਮੰਤਰੀ ਵੀ ਸੀ ਤੇ ਪੰਜਾਬ ਦੀ ਪੁਲਿਸ ਉਹਨਾਂ ਦੇ ਅਧੀਨ ਸੀ ਉਹਨਾਂ ਦੇ ਪਿਤਾ ਸ਼੍ਰੀ ਸਰਦਾਰ ਬਲਦੇਵ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ ਸੁਮੇਦ ਸੈਣੀ ਉਸ ਵੇਲੇ ਪੰਜਾਬ ਦੇ ਡੀਜੀਪੀ ਬਣਾਈ ਗਏ ਸਨ ਸਭ ਤੋਂ ਪਹਿਲੀ ਬੇਦਬੀਆਂ ਦਾ ਸਿਲਸਲਾ ਬੁਰਜ ਜਵਾਰ ਸਿੰਘ ਵਾਲਾ ਤੋਂ ਜਿਹੜਾ ਆਰੰਭ ਕਰਵਾਇਆ ਉਹ ਆਰੰਭ ਕਰਵਾਉਣ ਵਾਲੇ ਸਨ ਕਾਤਲ ਰੇਪਿਸਟ ਸਾਦ ਰਾਮ ਰਹੀਮ ਸਰਸਿਆਲੇ ਜਿਨ੍ਹਾਂ ਦੀ ਫਿਲਮ ਨੂੰ ਰਿਲੀਜ਼ ਕਰਨ ਦਾ ਮਾਮਲਾ ਸੀ ਉਹ ਫਿਲਮ ਪੰਜਾਬ ਵਿੱਚ ਰਿਲੀਜ਼ ਨਹੀਂ ਸੀ ਹੋਣ ਦਿੱਤੀ ਜਾ ਰਹੀ ਜਿਸ ਕਰਕੇ ਉਸ ਦੇ ਬਦਲੇ ਦੀ ਭਾਵਨਾ ਵਿੱਚ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਦਾ ਸਿਲਸਿਲਾ ਇਸ ਵੱਲੋਂ ਸਰਸਾ ਸਾਦ ਵੱਲੋਂ ਆਰੰਭ ਕਰਵਾਇਆ ਗਿਆ ਤੇ ਆਰੰਭ ਕਰਵਾਉਣ ਵਾਲਿਆਂ ਵਿੱਚ ਜਿਹੜੇ ਮੁੱਖ ਦੋਸ਼ੀ ਸਾਹਮਣੇ ਆਏ ਜਿਵੇਂ ਕਿ ਜਸਟਿਸ ਰਣਜੀਤ ਸਿੰਘ ਜੀ ਨੇ ਆਪਣੀ ਰਿਪੋਰਟ ਇਚ ਕਿਹਾ ਦੋ ਆਯੋਗ ਬਣੇ ਸਨ ਇਸ ਮਾਮਲੇ 'ਚ ਇੱਕ ਜਸਟਿਸ ਰਣਜੀਤ ਸਿੰਘ ਆਯੋਗ ਇੱਕ ਜਸਟਿਸ ਜੋਰਾ ਸਿੰਘ ਆਯੋਗ ਜੋ ਜਸਟਿਸ ਰਣਜੀਤ ਸਿੰਘ ਜੀ ਦੀ ਰਿਪੋਰਟ ਆਈ ਔਰ ਜੋਰਾ ਸਿੰਘ ਜੀ ਦੀ ਵੀ ਹੁਣ ਤੱਕ ਰਿਪੋਰਟ ਆ ਚੁੱਕੀ ਆ ਉਸ ਚੋਣਾਂ ਨੇ ਬੜਾ ਸਪਸ਼ਟ ਕਿਹਾ ਸੀ ਮੈਂ ਰਿਪੋਰਟਸ ਦੇ ਕੁਝ ਖੰਡ ਪ੍ਰਿੰਟ ਕਰਕੇ ਰੱਖੇ ਨੇ ਉਹਨਾਂ ਨੇ ਕਿਹਾ ਸੀ ਕਿ ਇਹ ਸੋਚੀ ਸਮਝੀ ਸਾਜ਼ਿਸ਼ ਆ ਬਰਗਾੜੀ ਅਤੇ ਬੁਰਜ ਜਵਾਰ ਸਿੰਘ ਵਾਲੀਆਂ ਬੇਅਦਮੀਆਂ ਜਸਟਿਸ ਰਣਜੀਤ ਸਿੰਘ ਨੇ 162 ਮਾਮਲਿਆਂ ਬੇਅਦਬੀਆਂ ਦੇ ਮਾਮਲਿਆਂ ਦੇ ਜਾਂਚ ਪੜਤਾਲ ਕਰਨ ਦਾ ਬੀੜਾ ਚੁੱਕਿਆ ਸੀ ਮਤਲਬ ਉਦੋਂ ਤੱਕ 162 ਬੇਅਦਬੀਆਂ ਕਰਵਾਈਆਂ ਜਾ ਚੁਕੀਆਂ ਸੀ ਸਾਜ਼ਿਸ਼ ਸੀ ਨਾ ਇਹ ਗੱਲ ਯਾਦ ਰੱਖਿਆ ਜੇ ਉਹਨਾਂ ਵਿੱਚੋਂ 100 ਦੇ ਕਰੀਬ ਜਗ੍ਹਾ ਤੇ ਜਾ ਕੇ ਉਹਨਾਂ ਨੇ ਬਿਆਨ ਕਲਮਬਦ ਕੀਤੇ ਸਨ ਜਿਸ ਵੇਲੇ ਬਿਆਨ ਕਲਮਬਦ ਕੀਤੇ ਸਨ ਤੇ ਉਸੇ ਚ ਉਹਨਾਂ ਨੇ ਮੁੱਖ ਤੌਰ ਤੇ ਜਿਹੜੇ ਦੋਸ਼ੀ స్పష్ట్ ਤੌਰ ਤੇ ਲਿਖੇ ਸਨ ਉਹ ਅਸੀਂ ਚੋਣਾਂ ਨੇ ਕਿਹਾ ਸੀ ਕਿ ਆਪਣਾ ਸਰਸਾ ਸਾਦ ਆਪ ਅਤੇ ਉਸ ਦੀ ਜੜੀ ਗੁਪਤ ਰੂਪੀ ਚ ਹਾਈ ਕਮਾਂਡ ਦੀ ਜੜੀ ਇੱਕ ਕਮੇਟੀ ਬਣੀ ਹੋਈ ਆ ਉਹ ਸਾਰੇ ਹੀ ਵਿਅਕਤੀ ਇਸ ਲਈ ਦੋਸ਼ੀ ਨੇ ਇਸੇ ਚ ਮਹਿੰਦਰਪਾਲ ਸਿੰਘ ਬਿੱਟੇ ਦਾ ਵੀ ਨਾਂ ਸੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਨਾਬਾ ਜੇਲ੍ਹ ਵਿੱਚ ਉਸ ਦਾ ਕਤਲ ਹੋ ਗਿਆ ਉਸ ਤੋਂ ਬਾਅਦ ਪ੍ਰਦੀਪ ਕਲੇਰ ਸੀ ਸੰਦੀਪ ਬਰੇਟਾ ਸੀ ਹਰਸ਼ ਤੂਰੀ ਰਾਕੇਸ਼ ਢੜਬਾ ਇਹ ਮੁੱਖ ਦੋਸ਼ੀ ਕਰਾਰ ਦਿੱਤੇ ਗਏ ਕੁੱਲ ਮਿਲਾ ਕੇ 11 ਸੀ ਜਿੰਨਾਂ ਵਿੱਚੋਂ ਇਹ ਭਗੋਲੇ ਕਰਾਰ ਦਿੱਤੇ ਗਏ ਸਨ ਉਹਨਾਂ ਭਗੋਲਿਆਂ ਵਿੱਚੋਂ ਪ੍ਰਦੀਪ ਕਲੇਰ ਨੂੰ ਗਾਜ਼ੀਆਬਾਦ ਤੋਂ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਹੁਣ ਬੜੀ ਸਪਸ਼ਟ ਤੇ ਸਿੱਧੀ ਜਿਹੀ ਗੱਲ ਮੈਂ ਤੁਹਾਡੇ ਨਾਲ ਕਰਨ ਲੱਗਾ ਕਿ ਐਸ ਭਰਦੀਪ ਕਲੇਰ ਦੀ ਗ੍ਰਿਫਤਾਰੀ ਕਿਵੇਂ ਸੰਭਵ ਹੋਈ 19 ਪਿੱਛੇ ਵੀ ਇੱਕ ਬੜੀ ਵੱਡੀ ਰਾਜ ਅਤੇ ਸਾਜ਼ਿਸ਼ ਦੀ ਗੱਲ ਆ ਅਯੁੱਧਿਆਈ ਚ ਚੰਪਤਰਾਏ ਜੀ ਨੇ ਸਖਤਰ ਨੇ ਉੱਥੋਂ ਦੇ ਸਾਰੇ ਮਾਮਲਿਆਂ ਦੀ ਦੇਖਪਾਲ ਕਰਦੇ ਨੇ ਵਿਸ਼ਵਿੰਦੂ ਪਰਿਸ਼ਦ ਮਾਲਵੀਓ ਨਾਲ ਦਾ ਸੰਬੰਧਾ ਅਤੇ ਆਰਐਸਐਸ ਨਾਲ ਵੀ ਉਹਨਾਂ ਦਾ ਸੰਬੰਧ ਹੈ ਭਾਸ਼ਪਾ ਨਾਲ ਵੀ ਉਹਨਾਂ ਦਾ ਸੰਬੰਧ ਹੈ ਹਿੰਦੂ ਸਾਧੂ ਸਮੂਹ ਦਾ ਇਹ ਨਾਲ ਵੀ ਉਹਨਾਂ ਦਾ ਸੰਬੰਧ ਹੈ ਬੜੇ ਖਾਸ ਅਤੇ ਚਰਚਿਤ ਵਿਅਕਤੀ ਨੇ ਚੰਪਤ رائے ਜੀ ਚੰਪਤ رائے ਜੀ ਨਾਲ ਅਯੁੱਧਿਆ ਵਿੱਚ ਜਿਸ ਵੇਲੇ ਪ੍ਰਾਣ ਪ੍ਰਤੀਸ਼ਠਾ ਦਾ ਮਾਮਲਾ ਚੱਲ ਰਿਹਾ ਸੀ ਉਦੋਂ ਪ੍ਰਦੀਪ ਕਲੇਰ ਦੀ ਫੋਟੋ ਚੰਪਤ رائے ਦੇ ਨਾਲ ਵਾਇਰਲ ਹੋਈ ਸੀ ਅਖਬਾਰਾਂ ਵਿੱਚ छपी ਸੀ। ਮੁਨਾ ਇੱਕ ਬੜੀ ਵੱਡੀ ਸਾਜ਼ਿਸ਼ ਹੋ ਜਾਂਦੀ ਹੈ ਕਿ ਆਖਿਰ ਚੰਪਤ رائے ਨਾਲ प्रदीप ਕਲੇਰ ਦੀ ਫੋਟੋ ਕਿਉਂ ਵਾਇਰਲ ਕਰ ਦਿੱਤੀ ਗਈ ਜਦ ਕਿ ਸਾਰਿਆਂ ਨੂੰ ਪਤਾ ਸੀ ਆ ਪਘੋੜਾ ਚੰਪਤ رائے ਨੂੰ ਵੀ ਪਤਾ ਸੀ ਆ ਪਘੋੜਾ ਔਰ ਉੱਥੇ ਸਰਸਾ ਸਾਧ ਨੇ ਆ ਭੇਜਿਆ ਹੋਇਆ ਸੀ ਕਿਉਂਕਿ ਉਹ ਯੂਪੀ ਚ ਬਾਰ-ਬਾਰ ਬਾਰ-ਬਾਰ ਨੌਵੀਂ ਵਾਰ ਹੁਣ ਪੈਰੋਲ ਲੈ ਚੁੱਕਾ ਹੈ। ਤੇ ਲਗਾਤਾਰਤਾ ਇਸ ਪਰ ਰੋਲ ਲਾ ਰਿਹਾ ਤੇ ਫੇਰ ਜਿਸ ਵਾਲੇ ਫੋਟੋ ਵਾਇਰਲ ਕੀਤੀ ਗਈ ਤੇ ਇਹ ਵੀ ਜਾਣਨਾ ਬੜਾ ਜ਼ਰੂਰੀ ਹੈ ਕਿ ਫੋਟੋ ਕਿਹੜੇ ਪੋਰਟਲ ਤੋਂ ਵਾਇਰਲ ਹੋਈ ਫੋਟੋ ਵੀ ਹਿੰਦੂ ਮਾਂ ਸਭਾ ਦੇ ਵਰਕਰਾਂ ਦੇ ਪੋਰਟਲ ਤੋਂ ਵਾਇਰਲ ਕੀਤੀ ਗਈ ਕਿ ਬੜੀ ਅਜੀਬ ਜਿਹੀ ਤੁਹਾਨੂੰ ਲੱਗੇਗੀ ਪਰ ਨਹੀਂ ਮੈਨੂੰ ਨਹੀਂ ਲੱਗਦੀ ਇਸ ਪਿੱਛੇ ਵੀ ਇੱਕ ਵੱਡੀ ਸਾਜ਼ਿਸ਼ ਹੈ ਕਿਉਂਕਿ ਨਵੀਂ ਆਰੀ ਪਰੋਲ ਮਿਲੀ ਹੈ ਅਤੇ ਉਹ ਪਰੋਲ ਵੀ 50 ਦਿਨਾਂ ਦੀ ਹੁਣ ਜਿਹੜੀ 19 ਜਨਵਰੀ 2024 ਨੂੰ ਮਿਲੀ ਹੈ ਬਲਾਤਕਾਰੀ ਸਰਸਾ ਕਾਤਲ ਸਾਧ ਨੂੰ ਉਹ ਵੀ ਵਰਮਾਨਾ ਯੂਪੀ ਚ ਆਪਣੇ ਆਸ਼ਰਮ ਵਿੱਚ ਪਰੋਲ ਕੱਟ ਲਾ ਪਿਆ ਹੁਣ ਇਸ ਮਾਮਲੇ 'ਚ ਕਿ ਭਾਜਪਾ ਲੈਂਦਨ ਦੀ ਦਬਾਅ ਪਾਉਂਦੀ ਯਾ ਵੋਟਾਂ ਦੇ ਪੋਲਰਾਈਜੇਸ਼ਨ ਦੀ ਯਾ ਕਿਸੇ ਹੋਰ ਵੱਡੀ ਸਾਜ਼ਿਸ਼ ਦੇ ਅਧੀਨ ਕੁਝ ਕਰਨ ਦੀ ਪਲਾਨਿੰਗ ਕਰ ਰਹੀ ਹੈ ਸੋਚਣਾ ਤਾਂ ਬੰਦਾ ਹੀ ਆ ਕਿਉਂਕਿ ਸ਼ੱਕ ਹਮੇਸ਼ਾ ਬਰਕਰਾਰ ਰਹਿੰਦਾ ਤੇ ਇਨ੍ਹਾਂ ਅਜਿਹੇ ਮਾਮਲਿਆਂ ਤੇ ਪੈਣੀ ਨਜ਼ਰ ਰੱਖਣੀ ਤਿੱਖੀ ਨਜ਼ਰ ਰੱਖਣੀ ਬਾਜ ਆਗਰ ਆ ਬਾਜ ਅੱਖ ਜਿੰਨੂੰ ਅਸੀਂ ਕਹਿੰਦੇ ਆ ਉਹ ਰੱਖਣੀ ਬੜੀ ਜ਼ਰੂਰੀ ਹੁੰਦੀ ਆ ਤੇ ਆਓ ਬਾਜ਼ ਅੱਖ ਦੀ ਨਿਗਾਹ ਨਾਲ ਹੀ ਇਸ ਪੂਰੇ ਮਾਮਲੇ ਨੂੰ ਅੱਜ ਨਜਿੱਠਣ ਦੀ ਕੋਸ਼ਿਸ਼ ਕਰਦੇ ਆ ਪ੍ਰਦੀਪ ਕਲੇਰ ਫੜਿਆ ਜਾ ਚੁੱਕਾ ਪਰ ਉਸਦੇ ਦੋ ਦੋ ਦਿਨ ਦੇ ਰਿਮਾਂਡ ਫੇਰ ਸ਼ੱਕ ਪੈਦਾ ਕਰ ਰਹੇ ਨੇ ਕਿਉਂਕਿ ਉਹ ਮੁੱਖ ਦੋਸ਼ੀ ਹੈ ਚੋਈਕਾ ਉਹਨੂੰ ਸਾਰੇ ਦੋਸ਼ੀਆਂ ਦਾ ਤਾਂ ਪਤਾ ਵੀ ਪਤਾ ਨਹੀਂ ਸੰਦੀਪ ਬਰੇਟਾ ਹਰਸ਼ ਟੂਰੀ ਰਾਕੇਸ਼ ਢਿਲਵਾ ਇਸ ਦੇ ਮਾਮਲੇ 'ਚ ਅਕਾਲੀ ਦਲ ਦੀ ਚੰਡੀਗੜ੍ਹ ਦੀ ਇਸ ਸਾਫ ਦਾ ਉਹਦੇਦਾਰ ਉਹ ਵੀ ਵੀਡੀਓ ਬਣਾ ਕੇ ਬਲੇਮ ਲਾ ਚੁੱਕੀ ਹੈ ਕਿ ਉਹਨੇ ਸੁਖਬੀਰ ਬਾਦਲ ਦੇ ਘਰ ਇਹਨਾਂ ਨੂੰ ਦੇਖਿਆ ਚਾਹ ਪੀਂਦੇ ਵੀ ਦੇਖਿਆ ਕੁਝ ਗੱਲਬਾਤ ਕਰਦੇ ਵੀ ਦੇਖਿਆ ਉਹਨੇ ਬੜੇ ਵੱਡੇ ਬਲੇਮ ਲਾਏ ਨੇ ਤੇ ਹੁਣ प्रदीप ਕਲੇਰ ਜਦੋਂ ਫੜਿਆ ਗਿਆ ਤੇ ਉਹਨੂੰ ਪਤਾ ਹੋਣਾ ਕਿ ਇਹ ਤਿੰਨੋਂ ਵੀ ਕਿੱਥੇ ਨੇ ਹੁਣ ਕੀ प्रदीप ਕਲੇਰ ਦੀ ਬਲੀ ਦਿੱਤੀ ਜਾ ਰਹੀ ਹੈ ਯਾ ਹੋਲੀ ਹੋਲੀ ਸਰਸੇ ਸਾਦ ਨਹੀਂ ਆਪਣੇ ਇਹਨਾਂ ਗੁਰਗਿਆਂ ਦੀ ਬਲੀ ਦੇਣ ਲਈ ਭਾਸ਼ਪਾ ਨਾਲ ਕੋਈ ਸਮਝੌਤਾ ਕਰ ਲਿਆ ਤਾਂ ਜੋ ਜਿਹੜੇ ਮੁੱਖ ਗਵਾਹ ਨੇ ਉਹ ਸਾਰੇ ਮਰਵਾ ਦਿੱਤੇ ਜਾਣ ਤੋਂ ਉਸ ਤੋਂ ਬਾਅਦ ਇਹਨਾਂ ਬੇਅਦਬੀ ਦੇ ਮਾਮਲੇ 'ਚੋਂ ਬਰੀ ਕਰਾਰ ਦੇ ਦਿੱਤਾ ਜਾਏ ਸ਼ੱਕ ਇਸ ਲਈ ਵੀ ਵੱਧਦਾ ਕਿ ਪੰਜਾਬ ਪੁਲਿਸ ਨੇ ਤਾਂ ਇਸ ਨੂੰ ਫੜ ਲਿਆ ਫੋਟੋ ਵਾਇਰਲ ਹੋਣ ਤੋਂ ਬਾਅਦ ਪਰ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਕੋਲ ਪਿਛਲੇ 2 ਸਾਲ ਤੋਂ ਬਲਾਤਕਾਰੀ ਅਤੇ ਕਾਤਲ ਦੋ ਕੇਸਾਂ ਵਿੱਚ ਬਲਾਤਕਾਰੀ ਦੋ ਕੇਸਾਂ ਵਿੱਚ ਕਾਤਲ ਸਾਧ ਦੀ ਫਾਈਲ ਪਰਸੂ ਕਰਨ ਲਈ ਅੱਗੇ ਵਧਾਉਣ ਲਈ ਤੇ ਉਸ ਦੇ ਮੁਕਦਮੇ ਦਰਜ ਕਰਕੇ ਅਗਲੀ ਕਾਰਵਾਈ ਕਰਨ ਲਈ ਰਨਿੰਗ ਪਈਆ ਸਾਡੇ ਮਾਨਯੋਗ ਮੁੱਖ ਮੰਤਰੀ ਜਿਹੜੇ ਕਿ ਹੁਣ ਕੱਲ ਹੀ ਕੇਜਰੀਵਾਲ ਸਾਹਿਬ ਦੇ ਪਰਿਵਾਰ ਨਾਲ ਮਿਲ ਕੇ ਆਪਣੇ ਪਰਿਵਾਰ ਨੂੰ ਲੈ ਕੇ ਸਨਾਤਨ Hindu ਧਰਮ ਵਿੱਚ ਸ਼ਾਮਲ ਹੋਣ ਵਾਸਤੇ ਅਯੁੱਧਿਆ ਮੰਦਿਰ ਵਿੱਚ ਗਏ ਨੇ ਤੇ ਤਿਲਕ ਲਵਾ ਕੇ ਗੁਪਤ ਚੁਪ ਤਰੀਕੇ ਨਾਲ ਮੱਥੇ ਟੇਕ ਕੇ ਤੇ ਸਨਾਤਨੀ ਪਰਭਾਵ ਲੈ ਕੇ ਆਏ ਨੇ ਉਹਨਾਂ ਨੇ ਫਾਈਲ ਦੱਬੀ ਹੋਈ ਹੈ ਉਹ ਆਗਿਆ ਨਹੀਂ ਦੇ ਰਹੇ ਕਾਰਵਾਈ ਕਰਨ ਦੀ ਤੇ ਆਗਿਆ ਕਿਉਂ ਨਹੀਂ ਦੇ ਰਹੇ ਫਿਰ ਬਾਜ਼ ਆਖ ਰੱਖਣੀ ਬੜੀ ਜ਼ਰੂਰੀ ਹੈ ਇਲੈਕਸ਼ਨਾਂ ਦਾ ਸਮਾਂ ਕੱਲ੍ਹਾਈ ਇਲੈਕਸ਼ਨਾਂ ਦਾ ਸਮਾਂ ਹੀ ਨਹੀਂ ਆ ਬਾਜ਼ ਆਖ ਰੱਖਣੀ ਬੜੀ ਜ਼ਰੂਰੀ ਹੈ ਕਿਉਂਕਿ ਕੇਜਰੀਆਲ ਵੀ ਇਹਨਾਂ ਦੇ ਸਮਰਥਨ ਵਿੱਚ ਆ ਤੇ ਪ੍ਰਦੀਪ ਕਲੇਰ ਕੀ ਇਹਨਾਂ ਸਾਰੇ ਘਟਨਾਕ੍ਰਮਾਂ ਵਿੱਚ ਕਿਤੇ ਬਲੀ ਦਾ ਬੱਕਰਾ ਤਾਂ ਨਹੀਂ ਬਣਾਇਆ ਜਾ ਰਿਹਾ ਤੇ ਹੌਲੀ-ਹੌਲੀ ਕਿ ਸਾਰਿਆਂ ਦੀ ਵਾਰੀ ਤਾਂ ਨਹੀਂ ਆਣੀ ਇਹ ਇੱਕ ਵਿਚਾਰਨ ਵਾਲਾ ਮੁੱਦਾ ਹੁਣ ਵਿਚਾਰਨ ਵਾਲਾ ਮੁੱਦੇ ਵਿੱਚ ਬੜੀ ਸਪਸ਼ਟ ਜਿਹੀ ਗੱਲ ਤੁਹਾਡੇ ਨਾਲ ਇੱਕ ਹੋਰ ਕਰਨੀ ਬੜੀ ਜ਼ਰੂਰੀ ਹੈ ਕਿ ਹੁਣ ਜਿਹੜਾ ਕਿਸਾਨੀ ਅੰਦੋਲਨ ਦਾ ਫੇਰ ਜੋਸ਼ ਵਾਲਾ ਮਾਹੌਲ ਤਿਆਰ ਹੋ ਗਿਆ ਖੜਕੇ ਦੜਕੇ ਵਾਲਾ ਟਕਰਾ ਵਾਲਾ ਮਾਹੌਲ ਤਿਆਰ ਹੋ ਗਿਆ ਉਸ ਵਿੱਚ ਕਦੇ ਸਿੱਖ ਸਮਾਜ ਸਿੱਖ ਆਗੂ ਪ੍ਰਦੀਪ ਕਲੇਰ ਨੂੰ ਕਲੀਨ ਚਿੱਟ ਦਵਾ ਕੇ ਕਦੇ ਫੇਰ ਇਹਨਾਂ ਦਾ ਪਗੋੜਾ ਨਾ ਕਰਾਰ ਦਵਾ ਦਿੱਤਾ ਜਾਏ ਜਾਂ ਕੁਝ ਹੋਰ ਨਾ ਕਰ ਦਿੱਤਾ ਜਾਏ ਇਸ ਤੇ ਨਿਗਾਹ ਰੱਖਣੀ ਅਤੇ ਇਸ ਸਾਰੀਆਂ ਕੜੀਆਂ ਨੂੰ ਸੰਦੀਪ ਬਰੇਟਾ ਹਰਸ਼ ਧੂਰੀ ਅਤੇ ਰਾਕੇਸ਼ ਦਿੜਬਾ ਰਾਹੀਂ ਜੋੜਦੇ ਹੋਏ ਬਲਾਤਕਾਰੀ ਅਤੇ ਕਾਤਲ ਸਰਸਾ ਸਾਧ ਨੂੰ ਗ੍ਰਿਫਤ ਵਿੱਚ ਲੈਣ ਵਾਲੇ ਪਾਸੇ ਜ਼ਰੂਰ ਪਹੁੰਚਾਣੀਆਂ ਚਾਹੀਦੀਆਂ ਨੇ ਮੈਂ ਤਾਂ ਇਹ ਕਹਾਂਗਾ ਕਿ ਸਿੱਖ ਕੌਮ ਦੀ ਸਰਵੋਤ ਸਨਸਥਾ ਨੂੰ STPC ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣੀ ਇੱਕ ਨਿਰਪੱਖ ਖਾਲਸਾ ਪੰਥੀਚੋਂ ਵਕੀਲਾਂ ਦੀ ਕਮੇਟੀ ਬਣਾਨੀ ਚਾਹੀਦੀ ਹੈ ਜਿਹੜੀ ਇੰਨਾ ਸਾਰੇ ਮੁਕਦਮਿਆਂ ਦੀ ਪੈਰਵਾਹੀ ਕਰੇ ਉਹੋ ਜਿਹੀ ਨਹੀਂ ਕਮੇਟੀ ਬਣਾਨੀ ਚਾਹੀਦੀ ਜਿਹੋ ਜੀ ਭਾਈ ਕਾਮਕੇ ਸ਼ਹੀਦ ਦੇ ਸਬੰਧੀ ਚ ਬਣਾਈ ਹੈ ਅਸੀਂ ਜਿਸ ਵੇਲੇ ਵੀ ਅੱਜ ਇਹ ਮੰਨ ਕਰਦੇ ਹਾਂ ਤੇ ਆ ਸ਼ੱਕ ਪਹਿਲਾਂ ਹੀ ਆ ਜਾਂਦੇ ਨੇ ਵੀ ਉਹਨਾਂ ਨੇ ਤੇ ਫਿਰ ਸੁਖਵੀਰ ਬਾਦਲ ਤੇ ਪਰਿਵਾਰ ਬਾਦਲ ਪਰਿਵਾਰ ਨੂੰ ਤੇ ਉਹਨਾਂ ਦੇ ਪੁਲਿਸ ਅਫਸਰਾਂ ਨੂੰ ਹੀ ਬਚਾਉਣ ਦਾ ਕੰਮ ਕਰਨਾ ਜਿਵੇਂ ਬਲਦੇਵ ਸਿੰਘ ਕੌਂਕੇ ਦੇ ਸਬੰਧ ਵਿੱਚ ਕੀਤਾ ਗਿਆ ਸ਼ਹੀਦ ਦੇ ਸਬੰਧੀ ਜੜੀ ਰਿਪੋਰਟ ਔਰ ਐਫ ਆਈ ਆਰ ਦਰਜ ਕਰਾਈ ਗਈ ਤੇ ਇਸ ਲਈ ਉਹਨਾਂ ਲਾਜ਼ਮੀ ਹੋ ਜਾਂਦਾ ਕਿ ਖਾਲਸਾ ਪੰਥ ਖੁਦ ਇਸ ਮੁੱਦੇ ਨੂੰ ਹਾਕਿਚ ਹਾਥੀਚ ਲੈ ਕੇ ਸ੍ਰੀ ਅਕਾਲ ਤਖਸਦ ਸਾਹਿਬ ਦੇ ਜਥੇਦਾਰ ਨੂੰ ਇਤਨਾ ਜ਼ਿਆਦਾ ਮਜਬੂਰ ਕਰ ਦੇ ਕਿ ਉਹ ਖਾਲਸਾ ਪੰਥ ਦੀ ਰਾਏ ਨਾਲ ਇੱਕ ਨਿਰਪੱਖ ਕਮੇਟੀ ਬਣਾ ਦਿੱਤੀ ਜਾਵੇ ਤੇ ਉਸ ਕਮੇਟੀ ਦੇ ਸਾਰੇ ਖਰਚੇ ਅਤੇ ਸਹੂਲਤਾਂ ਐਸਜੀਪੀਸੀ ਨੂੰ ਆਦੇਸ਼ਿਤ ਕਰ ਦਿੱਤੀਆਂ ਜਾਣ ਕਿਉਂ ਕਰੇਗੀ ਹੁਣ ਰਾਹ ਇਹ ਰਹਿ ਗਿਆ ਜੀ ਮੇਰੇ ਇਸਰਾਹ ਤੇ ਗੌਰ ਕਰਿਆ ਜੀ ਆਓ ਹੁਣ ਅੱਗੇ ਵਧਦੇ ਹਾਂ ਬੁਰਜਵਾਰ ਸਿੰਘ ਵਾਲਾਂ ਵਾਲੀ ਜਿਹੜੀ ਘਟਨਾ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਈੜ ਬੁਰਜਵਾਰ ਸਿੰਘ ਜੀ ਜਵਾਰ ਸਿੰਘ ਬੁਰਜ ਵਿਖੇ ਚੋਰੀ ਕੀਤੀ ਗਈ ਉਸ ਤੋਂ ਬਾਅਦ 25 ਸਤੰਬਰ ਨੂੰ ਬਰਗਾੜੀ ਗੁਰਦੁਆਰੇ ਨੇੜੇ ਪੋਸਟਰ ਲਾਏ ਗਏ ਜਿਸ ਵਿੱਚ ਸ਼ਰਮ ਇਹਨਾਂ ਲੋਕਾਂ ਨੇ ਕਿਹਾ ਇਸ ਸਰਸੇ ਸਾਧ ਵਾਲਾ ਨੇ ਕਿਹਾ ਕਿ ਤੁਹਾਡਾ ਗੁਰੂ ਸਾਡੇ ਕੋਲ ਆ ਹਿੰਮਤ ਅਤ ਲੈ ਜਾਓ ਇਨਾਮੋਈ ਕੋਸ਼ਤ ਕੀਤੇ ਗਏ ਉਸ ਤੋਂ ਬਾਅਦ ਹੋਰ ਬੜੀ ਨਾਜਾਇਜ਼ ਸ਼ਬਦਾਵਲੀ ਵਰਤੀ ਗਈ 12 ਅਕਤੂਬਰ 2015 ਨੂੰ ਫਰੀਦਕੋਟ ਵਿਖੇ ਬਰਗਾੜੀ ਪਿੰਡ ਦੇ ਚੰਗ ਖਲਾਰ ਦਿੱਤੇ ਗਏ 14 ਅਕਤੂਬਰ 2015 ਨੂੰ ਕੋਟਕਪੂਰਾ ਵਿਖੇ ਸ਼ਾਂਤ ਮਈ ਟੰਗ ਨਾਲ ਜਿਹੜੇ ਸਿੱਖ ਇਹਨਾਂ ਦੀ ਗ੍ਰਿਫਤਾਰੀ ਲਈ ਤੇ ਇਨਸਾਫ ਲਈ ਧਰਨਾ ਲਾ ਕੇ ਬੈਠੇ ਸੀ ਉਹਨਾਂ ਤੇ ਲਾਠੀ ਚਾਰਜ ਕੀਤਾ ਗਿਆ ਤੇ 14 ਅਕਤੂਬਰ ਨੂੰ ਹੀ ਆਪਣਾ ਬਾਬਲ ਕਲਾਮੀ ਕੇ ਗੋਲੀ ਚਲਾਈ ਗਈ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ અપਮਾਨ ਕੀਤਾ ਗਿਆ ਤੇ ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ ਸ਼ਹੀਦ ਦੀ ਪਾ ਗਏ ਇਹ ਇੱਕ ਸਿਲਸਲਾ ਚੱਲਿਆ ਹੁਣ ਇਸ ਸਿਲਸਲੇ ਦੇ ਸਬੰਧੀ ਚ ਕੁਝ ਗੱਲਾਂ ਕਿਉਂਕਿ ਪ੍ਰਦੀਪ ਕਲੇਰ ਫੜਿਆ ਗਿਆ ਮੁੱਦਾ ਫੇਰ ਸਾਰਾ ਸਾਹਮਣੇ ਆ ਤੇ ਇਸ ਮੁੱਦੇ ਨੂੰ ਅਮੀ ਰੋਲ ਕਚੋਲੇ ਚ ਪਾਸੇ ਨਾ ਕਰ ਦਿੱਤਾ ਜਾਏ ਮੈਂ ਤਾਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ ਬਰਗਾੜੀ ਇਸ ਸਾਰੀ ਇਹ ਸਰਕਾਰੀ ਕਾਰਵਾਈ ਕੀ ਹੋਈ ਸਾਰੇ ਮਾਮਲੇ ਚ ਸਭ ਤੋਂ ਪਹਿਲਾਂ ਇੱਕ ਸਿਟ ਬਣੀ ਏਡੀਜੀਪੀ ਇਕਬਾਲ ਪ੍ਰੀਤ ਸਿੰਘ ਸੌਤਾ ਜੀ ਦੀ ਅਗਵਾਈ ਚ ਮਨਾਈ ਗਈ ਦੂਜੀ ਸਿਟ ਰਣਵੀਰ ਸਿੰਘ ਖੱਟੜਾ ਦੀ ਅਗਵਾਈ ਚ ਬਣਵਾਈ ਗਈ ਅਕਾਲੀਆਂ ਨਹੀਂ ਬਣਾਈ ਇਹਨਾਂ ਦਾ ਕੀ ਹਸ਼ਰ ਹੋਇਆ ਤੁਹਾਨੂੰ ਪਤਾ ਸਰਦਾਰ ਖੱਟਾਲਾ ਸਾਹਿਬ ਅਕਾਲ ਤਖਤ ਸਾਹਿਬ ਤੇ ਕੀ ਕੁਝ ਕਹਿ ਗਏ ਇਹ ਵੀ ਤੁਹਾਨੂੰ ਪਤਾ ਔਰ ਸਾਰੀਆਂ ਸਚਾਈਆਂ ਤੁਹਾਡੇ ਸਾਹਮਣੇ ਆ ਚੁੱਕੀਆਂ ਨੇ ਫਿਰ ਕਾਂਗਰਸ ਪਾਰਟੀ ਆਈ ਤੇ ਕਾਂਗਰਸ ਪਾਰਟੀ ਨੇ ਕੁਮਰ ਵੀਜਾ ਪ੍ਰਤਾਪ ਸਿੰਘ ਦੀ ਅਗਵਾਈ 'ਚ ਇੱਕ ਸੈਟ ਬਣਾ ਦਿੱਤੀ ਇਸ ਸੈਟ ਨੇ ਆਪਣੀ ਰਿਪੋਰਟ ਦਿੱਤੀ ਇਸ ਰਿਪੋਰਟ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਫਿਰ ਚੌਥੇ ਨੰਬਰ ਤੇ ਆਈ ਜੀ सुरेंद्रਪਾਲ ਸਿੰਘ ਪਰਮਾਰ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਚ ਸ਼ਾਮਲ ਹੁੰਦੇ ਨੇ ਤੇ ਇਹ ਆਪਣਾ ਸੁਨਾਰੀਆ ਜੇਲ ਵਿੱਚ ਜਾ ਕੇ ਜਿਹੜੀ ਕਿ ਰੋहतक ਕੀ ਚਾਰਨੀ ਚ 6 ਘੰਟੇ ਪੁੱਛਗਿਛ ਵੀ ਕਰਦੇ ਨੇ ਬਲਾਤਕਾਰੀ ਅਤੇ ਦੋਹਰੇ ਕਤਲ ਕਾਤਲ ਸਾਧ ਦੇ ਕੋਲੋਂ 6 ਘੰਟੇ ਪੁੱਛਗਿਛ ਕਰਦੇ ਨੇ ਪੁੱਛਗਿਛ ਤੋਂ ਬਾਅਦ ਸਰਦਾਰ ਪਰਮਾਰ মিডিਆ ਨੂੰ ਜਿਹੜਾ ਆ ਕੇ ਬਿਆਨ ਦਿੰਦੇ ਨੇ মিডিਏ ਚੋ ਬਿਆਨ ਪਿਆ ਟੈਲੀਮੀਡੀਆ ਚ ਵੀ ਸੋਸ਼ਲ ਮੀਡੀਆ ਚ ਵੀ ਪ੍ਰਿੰਟ ਮੀਡੀਆ ਚ ਵੀ ਉਹ ਬਸ ਸਪਸ਼ਟ ਕਰਦੇ ਨੇ ਕਿ ਬੇਅਦਬੀ ਦਿਆਂ ਸਾਰੀਆਂ ਘਟਨਾਵਾਂ ਪਿੱਛੇ ਰਾਮ ਰਹੀਮ ਦੀ અપਮਾਨ ਦਾ ਬਦਲਾ ਲੈਣਾ ਮੁੱਖ ਕਾਰਨ ਸੀ ਮਤਲਬ ਉਹ ਜੋੜ ਦਿੰਦੇ ਨੇ ਸਾਰੀ ਕਹਾਣੀ ਨੂੰ ਸਾਰੀ ਕਹਾਣੀ ਜੋੜਨ ਤੋਂ ਬਾਅਦ ਵੀ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਕਿਉਂ ਨਹੀਂ ਕੀਤੀ ਜਾਂਦੀ ਹੁਣ ਇਸ ਦੇ ਪਿੱਛੇ ਕੀ ਨੇ ਉਹ ਤੁਹਾਨੂੰ ਪਤਾ ਕਿ ਸਾਰੇ ਸਿਆਸੀ ਲੋਕ ਹੀ ਨੇ ਉਹਨਾਂ ਨਾਲ ਸਾਰੇ ਸਿਆਸੀ ਲੋਕਾਂ ਦੇ ਵਿੱਚੀ ਦੋ ਆਯੋਗ ਬਣੇ ਜਿਵੇਂ ਤੁਹਾਨੂੰ ਪਹਿਲਾਂ ਕਹਿ ਦਿੱਤਾ ਜਸਟਿਸ ਜੋਰਾ ਸਿੰਘ ਦੇ ਰਿਪੋਰਟ ਜਸਟਿਸ ਜੋਰਾ ਸਿੰਘ ਜਦੋਂ ਬਾਦਲ ਨੂੰ ਰਿਪੋਰਟ ਦੇਣ ਜਾਂਦੇ ਨੇ ਉਹਨਾਂ ਦੀ ਰਿਪੋਰਟ ਨਹੀਂ ਲਈ ਜਾਂਦੀ ਸਗੋਂ ਉਸ ਨੂੰ ਬੇਇੱਜ਼ਤ ਕੀਤਾ ਜਾਂਦਾ ਫਿਰ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਂਦੀ ਹੈ ਇਸ ਤੋਂ ਇਲਾਵਾ ਸੀਬੀਆਈ ਨੇ ਵੀ ਇਸ ਮਾਮਲੇ ਦੀ ਇੱਕ ਕਲੋਜ਼ਰ ਰਿਪੋਰਟ ਦਾਖਲ ਕਰਵਾਈ ਹੋਈ ਹੈ ਇੰਨਾ ਸਾਰਿਆ ਕੁਝ ਹੋਣ ਦੇ ਬਾਵਜੂਦ ਵੀ ਕੁਝ ਵੀ ਨਹੀਂ ਹੁੰਦਾ ਕੁਝ ਵੀ ਕਿਉਂ ਨਹੀਂ ਹੁੰਦਾ ਹੁਣ ਮੈਂ ਤੁਹਾਨੂੰ ਉਸ ਦੀ ਇਸਪੱਸ਼ਟ ਜਈ ਗੱਲ ਦੱਸ ਦਿੰਨਾ ਜਸਟਿਸ ਰਣਜੀਤ ਸਿੰਘ ਜੀ ਦੀ ਰਿਪੋਰਟ ਦੇ ਸਬੰਧ ਵਿੱਚ ਜਿਹੜੀ ਕਿ ਕੈਪਟਨ ਅਮਨਿੰਦਰ ਸਿੰਘ ਨੂੰ ਦਿੱਤੀ ਗਈ ਉਸ ਵੇਲੇ ਗੱਲਾਂ ਵੀ ਹੋਈਆਂ ਬਹੁਤ ਕੁਝ ਹੋਈਆਂ ਪਰ ਅੱਗੇ ਪਿੱਛੇ ਕੁਝ ਵੀ ਨਹੀਂ ਹੋਇਆ ਸਭ ਵਿਚ ਵਿਚਾਲੇ ਹੀ ਰਹਿ ਗਿਆ ਹੁਣ ਬੜੀ ਸਪੱਸ਼ਟ ਜਈ ਗੱਲ ਉਹਨਾਂ ਨੇ ਕਹੀ ਹੈ ਕਿ 14 ਜੁਲਾਈ 2015 ਤੋਂ ਜਵਾਰ ਸਿੰਘ ਵਾਲਾ ਤੋਂ ਘਟਨਾਵਾਂ ਦਾ ਆਰੰਭ ਹੁੰਦਾ ਤੇ ਦਸੰਬਰ 2015 ਤੋਂ ਲੈ ਕੇ ਸਤੰਬਰ 2016 ਤੱਕ 60 ਬੇਦਬੀਦੀਆਂ ਘਟਨਾਵਾਂ ਵੱਡੇ ਪੱਧਰ ਤੇ ਕੜੀਵਾਰ ਕਰਾ ਦਿੱਤੀਆਂ ਜਾਂਦੀਆਂ ਨੇ ਤੇ ਪੁਲਿਸ ਪੂਰੀ ਤਰ੍ਹਾਂ ਮੋਨ ਰਹਿੰਦੀ ਐ ਅਤੇ ਦੋਸ਼ੀ ਸਾਬਤ ਹੁੰਦੀ ਐ ਉਹਨਾਂ ਨੇ ਬੜਾ ਸਪਸ਼ਟ ਤੌਰ ਤੇ ਆਪਣੀ ਰਿਪੋਰਟ ਵਿੱਚ ਲਿਖਿਆ ਜਦੋਂ ਉਹਨਾਂ ਨੇ ਸਰਕਾਰ ਨੂੰ ਰਿਪੋਰਟ ਜਾਰੀ ਕੀਤੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੋ ਕੋਟ ਕਪੂਰਾ ਅਤੇ ਬਾਬਲ ਕਲਾਂ ਕਟਨਾ ਦੀ ਪੂਰੀ ਜਾਣਕਾਰੀ ਸੀ ਅਤੇ ਜਿਹੜੇ ਪਹਿਲਾਂ ਡੀਜੀ ਉਸ ਵੇਲੇ ਤੇ ਡੀਜੀਪੀ ਸੁਮੇਤ ਸੈਣੀ ਸੀ ਉਹ ਲਗਾਤਾਰਤਾ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਫੋਨ ਤੇ ਸੰਪਰਕ ਕੀ ਸੀ ਤੇ ਉਹ ਡੀਜੀਪੀ ਸੈਣੀ ਨੇ ਆਪਣੇ ਦੋ ਸਫਿਆਂ ਦੇ ਬਿਆਨ ਵਿੱਚ 13 ਤੇ 14 ਅਕਤੂਬਰ 2015 ਦੀ ਰਾਤ ਨੂੰ ਮੁੱਖ ਮੰਤਰੀ ਦੇ ਨਾਲ ਟੈਲੀਫੋਨਿਕ ਸੰਪਰਕ ਅਤੇ ਆਦੇਸ਼ ਆਦੇਸ਼ਾਂ ਦੇ ਆਪਸੀ ਮਿਲਵਰਤਨਾਂ ਤੇ ਇਹ ਸੰਦੇਸ਼ਾਂ ਦੀ ਪੁਸ਼ਟੀ ਵੀ ਕੀਤੀ ਹੈ ਦੋ ਸਫਿਆਂ ਦੇ ਆਪਣੇ ਲਿਖਤ ਬਿਆਨ ਵਿੱਚ ਹੁਣ ਇਸ ਸਾਰੀ ਘਟਨਾਕ੍ਰਮ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਜੀ ਸਪਸ਼ਟ ਦੱਸਦੇ ਨੇ ਕਿ ਜਿੰਨੇ ਵੀ ਪੁਲਿਸ ਅਫਸਰ ਸੀ ਉਹ ਸਾਰੇ ਹੀ ਉਹਨਾਂ ਦੀ ਕਾਲ ਰਿਕਾਰਡਿੰਗ ਦੇ ਤੱਥ ਤੇ ਸਬੂਤ ਸਪਸ਼ਟ ਦੱਸਦੇ ਨੇ ਕਿ ਉਹ ਸਾਰੇ ਇੱਕ ਦੂਜੇ ਨਾਲ ਪੂਰੀ ਤਰ੍ਹਾਂ ਸੰਪਰਕ ਵਿੱਚ ਸਨ ਉਹ ਆਪਣੇ ਸੰਪਰਕ ਵਿੱਚ ਬਿਲਕੁਲ ਸਪਸ਼ਟ ਦੱਸਦੇ ਨੇ ਕਾਲ ਡਿਟੇਲ ਦੇ ਹਿਸਾਬ ਦੇ ਨਾਲ ਉਹ ਸੰਦੇਹ ਪ੍ਰਗਟ ਕਰਦੇ ਨੇ ਪਰ ਜੜੀ ਕਿ ਅਗਲੀ ਜਾਂਚ ਉਹਨਾਂ ਨੂੰ ਕਰਨ ਨਹੀਂ ਦਿੱਤੀ ਗਈ ਕਿਉਂਕਿ ਸੁਮੇத் ਸਾਨੀ ਹਾਈ ਕੋਰਟ ਤੋਂ ਸਟੇਲ ਆਇਆ ਤੇ ਬਾਕੀ ਵੀ ਬਾਕੀਆਂ ਨੂੰ ਵੀ ਸਟੇ ਮਿਲ ਗਈ ਪਰ ਸੁਮੇਤ ਸੈਣੀ ਨੂੰ ਗ੍ਰਿਫਤਾਰੀ ਤੋਂ ਸਟੇ ਮਿਲ ਗਈ ਕਿ ਭਈ ਕਫਤਾ ਪਹਿਲਾਂ ਉਹਨੂੰ ਸੂਚਿਤ ਕੀਤਾ ਜਾਵੇ ਜਦ ਮਾਮਲਾ ਇਤਨਾ ਅੱਗੇ ਵੱਧ ਗਿਆ ਸੀ ਤੇ ਇਸ ਤੇ ਲਿਪਾਪੋਤੀ ਕਿਵੇਂ ਕੀਤੀ ਗਈ ਉਹ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿੱਚੋਂ ਹੀ ਕੁਝ ਤੱਥ ਸਾਹਮਣੇ ਆ ਜਾਂਦੇ ਨੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜੇ ਸਪੈਸ਼ਲ ਸੈਕਟਰੀ ਸੀ ਗਗਨਜੀਤ ਸਿੰਘ ਬਰਾਲ ਡੀਜੀਪੀ ਸੁਮੇਤ ਸੈਣੀ ਆਈਜੀ ਉਮ ਪਰਮਰਾਸ ਸਿੰਘ ਉਮਰਾਨੰਗਲ ਜਿਹੜੇ ਹੁਣਾ ਉਹਨਾਂ ਨੇ ਫੇਰ ਐਪਲੀਕੇਸ਼ਨ ਪਾਈ ਹੈ ਕਿ ਮੈਨੂੰ ਸਾਰੇ ਮਾਮਲੇ ਵਿੱਚੋਂ ਬਰੀ ਕੀਤਾ ਜਾਏ ਮੇਰਾ ਕੋਈ ਸਬੰਧ ਨਹੀਂ ਹੈ ਉਸ ਤੋਂ ਇਲਾਵਾ ਕੋਰਟ ਕੋ ਪੂਰਾ ਦੇ ਉਸ ਵੇਲੇ ਦੇ ਐਮਐਲਏ ਮੰਤਾਰ ਬਰਾਲ ਇਹ ਸਾਰੇ ਹੀ ਆਪਸ ਵਿੱਚ ਇੱਕ ਦੂਜੇ ਨਾਲ ਸੰਪਰਕ ਵਿੱਚ ਸਨ ਤੇ ਇਸ ਤੋਂ ਇਲਾਵਾ ਹੇਠਲੇ ਪੱਦਰ ਦੇਵੀ ਪੁਲਿਸ ਮੁਲਾਜ਼ਮ ਜਿਹੜੇ ਉਸ ਵੇਲੇ ਉੱਥੇ ਡਿਊਟੀ ਦਿੱਤੀ ਗਈ ਉਹ ਸਾਰੇ ਵੀ ਕਿਉਂਕਿ ਅੱਡ 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 ਜ਼ਿਲ੍ਹਿਆਂ ਤੋਂ ਲਿਆਏ ਗਏ ਉਹ ਸਾਰੇ ਵੀ ਆਪਸ ਵਿੱਚ ਸੰਪਰਕ ਵਿੱਚ ਸੰਗ ਤੇ ਰਣਜੀਤ ਸਿੰਘ ਆਯੋਗ ਨੇ ਸਰਦਾਰ ਬਾਦਲ ਤੋਂ ਹੀ ਜਾਣਕਾਰੀਆਂ ਮੰਗੀਆਂ ਸੀ ਜੋ ਉਹਨਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਹੁਣ ਜਿਹੜੀ ਇਹ ਘਟਨਾਕ੍ਰਮ ਹੋਏ ਔਰ ਇਹਨਾਂ ਘਟਨਾਕ੍ਰਮਾਂ ਤੋਂ ਬਾਅਦ ਹੀ ਪੂਰੇ ਪੰਜਾਬ ਦਾ ਮਾਹੌਲ ਖਰਾਬ ਹੋਇਆ ਔਰ ਪੂਰੇ ਪੰਜਾਬ ਵਿੱਚ ਲਗਾਤਾਰ ਤਾਵਾਂ ਵਿੱਚ ਬੇਅਦਬੀਆਂ ਚਲਦੀਆਂ ਰਹੀਆਂ ਤੇ ਬੇਅਦਬੀਆਂ ਅੱਗੇ ਵਧਦੀਆਂ ਗਈਆਂ ਉਹਨਾਂ ਸਾਰਿਆਂ ਦੀ ਮੁੱਖ ਕੜੀ ਜਿਹੜੀ ਪ੍ਰਦੀਪ ਕਲੇਰ ਦੋ ਹੋ ਕੇ ਰਾਮ ਰਹੀਮ ਬਲਾਤਕਾਰੀ ਤੇ ਕਾਤਲ ਸਾਧ ਨਾਲ ਜੁੜਦੀ ਹੈ ਕੀ ਹੁਣ ਪੰਜਾਬ ਪੁਲਿਸ ਰਾਮ ਰਹੀਮ ਬਲਾਤਕਾਰੀ ਕਾਤਲ ਸਾਧ ਦਾ ਰਿਮਾਂਡ ਲਏਗਾ ਤੋ ਉਹਨੂੰ ਪੰਜਾਬ ਲੈ ਕੇ ਆਏਗਾ ਕੀ ਸਾਡਾ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਅਤੇ ਮਾਨਯੋਗ ਕੇਜਰੀਆਲ ਇਸ ਦੀ ਪਰਮਿਸ਼ਨ ਦੇਣਗੇ ਅਤੇ ਕੀ ਪ੍ਰਦੀਪ ਕਲੇਰ ਕੋਲੋਂ ਸੰਦੀਪ ਬਰੇਟਾਰੀ ਸ਼ਤੂਰੀ ਤੇ ਰਾਕੇਸ਼ ਦਿਲਵਾ ਦੀ ਗ੍ਰਿਫਤਾਰੀ ਸੰਭਵ ਬਣਾਈ ਜਾਵੇਗੀ ਜਾ ਸਾਰਾ ਕੁਛ ਇੰਜ ਹੀ ਰੋਲ ਕਚੋਲੇ ਵਿੱਚ ਪੈਦਾ ਕਰਕੇ ਕੋਈ ਨਵੀਆਂ ਹੀ ਕਲਾ ਵਰਤਾ ਦਿੱਤੀ ਜਾਏਗੀ ਇਸ ਤੇ ਗੌਰ ਕਰਨਾ ਗੌਰ ਰੱਖਣਾ ਬੜਾ ਜ਼ਰੂਰੀ ਜੇ ਤੇ ਨਾਮਜਦ ਜਲੇ ਦੋਸ਼ੀ ਕੀਤੇ ਗਏ ਸੀ ਉਹਨਾਂ ਦੀ ਹੁਣ ਸਾਂਝੇ ਤੌਰ ਤੇ ਪੜਤਾਲ ਕਰਨੀ ਤੇ ਰਾਮ ਰਹੀਮ ਵਰਗੇ ਬਲਾਤਕਾਰੀ ਤੇ ਕਾਤਲ ਸਾਧ ਨੂੰ ਜੇਲ੍ਹ ਚੋਂ ਕੱਢ ਕੇ ਜੜਾਓ ਸਰਕਾਰ ਦਾ ਉਹ ਖਾਸ ਮਹਿਮਾਨ ਬਣਿਆ ਫਿਰਦਾ ਕਿਉਂਕਿ ਖਾਸ ਮਹਿਮਾਨ ਇਸ ਲਈ ਮੈਂ ਕਹਿ ਰਿਹਾ ਕਿ ਉਹਨੂੰ ਜੇਲ੍ਹ ਵਿੱਚ ਵੀ ਜੱਡ ਸਿਕਿਉਰਿਟੀ ਦਿੱਤੀ ਹੋਈ ਆ ਤੇ ਜਦੋਂ ਪੈਰੋਲ ਤੇ ਆਂਦਾ ਉਦੋਂ ਵੀ ਜੱਡ ਜੱਡ ਸਿਕਿਉਰਿਟੀ ਤੇ ਰਹਿੰਦਾ ਤੇ ਪੈਰੋਲ ਤੇ ਆ ਕੇ ਉਹ ਆਪਣੀਆਂ ਗਾਣੇ ਵੀ ਰਿਲੀਜ਼ ਕਰਦਾ ਸੀ ਡੀਵੀ ਰਿਲੀਜ਼ ਕਰਦਾ ਆਪਣੇ satsang ਵੀ ਲਾਂਦਾ ਐਨੀ ਵੱਡੀ ਮਿਹਰ ਤਾਂ ਸਰਕਾਰਾਂ ਕਿਸੇ ਤੇ ਵੀ ਨਹੀਂ ਕਰਦੀਆਂ ਕਿਸੇ ਕਾਤਲ ਜਾਂ ਬਲਾਤਕਾਰੀ ਤੇ ਦੇਖਿਆ ਜੀ ਕੰਨੀਆ ਮੇਰਾ ਹੁੰਦੀਆਂ ਹੋਣ ਤੇ ਆ ਮੇਰਾ ਕਿਉਂ ਹੁੰਦੀਆਂ ਨੇ ਇਸ ਪਿਛਲੀ ਵੱਡੀ ਸਾਜਿਸ਼ ਨੂੰ ਬੇਨਕਾਬ ਤਾਂ ਹੀ ਕੀਤਾ ਜਾ ਸਕਦਾ ਪੰਥ ਵੱਲੋਂ ਬਣਾਈ ਗਈ ਇਸ ਲੀਗਲ ਟੀਮ ਦੀ ਜਿਹੜੀ ਆਰਥਿਕ ਲੋੜਾਂ ਦੀ ਸਾਧਨਾਂ ਦੀ ਪੂਰਤੀ ਹੈਗੀ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਆਦੇਸ਼ ਦੇ ਕੇ ਬਕਾਇਦਾ ਐਸਜੀਪੀਸੀ ਤੋਂ ਕਰਾਨ ਐਸਜੀਪੀਸੀ ਦੀ ਕਿਸੇ ਵੀ ਲੀਗਲ ਟੀਮ ਤੇ ਪੰਥ ਨੂੰ ਪਰੋਸਾ ਨਹੀਂ ਹੈ ਤਾਂ ਹੀ ਇਸ ਮਾਮਲੇ 'ਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕਦਾ ਜੇ ਨਹੀਂ ਤਾਂ ਸਾਰੇ ਸੱਤਾਧਾਰੀ ਕਿਉਂਕਿ ਬਲਾਤਕਾਰੀ ਸਾਧ ਦੀਆਂ ਵੋਟਾਂ ਨਾਲ ਜੁੜੇ ਹੋਏ ਨੇ ਚਾਹੇ ਉਹ ਅਕਾਲੀ ਨੇ ਚਾਹੇ ਉਹ ਪਾਜਪਾਈ ਨੇ ਚਾਹੇ ਉਹ ਆਮ ਆਦਮੀ ਪਾਰਟੀ ਵਾਲੇ ਨੇ ਚਾਹੇ ਕਾਂਗਰਸੀ ਨੇ ਤੇ ਚਾਹੇ ਕੋਈ ਹੋਰ ਪੰਥਕ ਤਿਰਾਨੇ ਇਸ ਲਈ ਇਨ੍ਹਾਂ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ ਤੇ ਇਸ ਤੇ ਨਿਗਰਾਨੀ ਰੱਖਣੀ ਇਸ ਕਿਸਾਨੀ ਸੰਘਰਸ਼ ਦੇ ਜੋਸ਼ੀ ਚ ਕਦੇ ਭੁੱਲ ਨਾ ਜਾਇਆ ਜੇ ਨਿਗਰਾਨੀ ਜ਼ਰੂਰ ਰੱਖਿਆ ਜੇ ਕਿ ਹੁਣ ਪ੍ਰਦੀਪ ਕਲੇਰ ਦੇ ਮੌਨ ਦੇ ਫੜੇ ਜਾਣ ਤੋਂ ਬਾਅਦ ਇਸ ਕੇਸ ਨੂੰ ਵਧਾਇਆ ਜਾਂਦਾ ਜਾਂ ਫੇਰ ਠੰਡੇ ਬਸਤੇ ਹੀ ਚਲਾ ਕੇ ਫ੍ਰੀਜ਼ ਕੀਤਾ ਜਾਂਦਾ ਕਹੀ ਬੇਨਤੀ ਮੈਂ ਆਪ ਸਾਰਿਆਂ ਨੂੰ ਕਰਨੀ ਸੀ ਇਸ ਲਈ ਮੈਂ ਸਾਰਾ ਪਿਛਲਾ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਹੈ ਤਾਂ ਬੜਾ ਜ਼ਰੂਰੀ ਹੈ ਤਾਂ ਕਿ ਸਾਨੂੰ ਸੰਤ ਰਹਿ ਵੀਡੀਓ ਜ਼ਰੂਰ ਕਮੈਂਟਸ ਕਰਕੇ ਦੱਸ ਦਿਓ ਜੀ ਕਿ ਇਸ ਕਿਹੜੀ ਕਮੀ ਪੇਸ਼ੀ ਰਹਿ ਗਈ ਤਾਂ ਜੋ ਅਗਲੀ ਵੀਡੀਓ ਵਿੱਚ ਉਸ ਨੂੰ ਵੀ ਦੂਰ ਕੀਤਾ ਜਾਏ ਤੁਹਾਡੀ ਰਾਏ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਲਾਜ਼ਮੀ ਹੈ ਜਿੜਾ ਸੀ ਬਾਰ-ਬਾਰ ਤੁਹਾਨੂੰ ਕਹਿੰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਦਾ ਬਟਨ ਜ਼ਰੂਰ ਨੱਪੋ ਉਹ ਇਸ ਲਈ ਕਹਿੰਦੇ ਆ ਕਿ ਇਸ ਵੀਡੀਓ ਤੁਹਾਡੇ ਪ੍ਰਚਾਰ ਕੀਤੇ ਬਗੈਰ YouTube ਵੀ ਅੱਗੇ ਨਹੀਂ ਜੇ ਵਧਦਾ ਕਿਉਂਕਿ ਸੱਚ ਦੇ ਇਸ ਚੈਨਲ ਤੁਹਾਡਾ ਸੱਚ ਨਾਲ ਖੜਾ ਚੈਨਲ ਹੈ ਤੇ ਸੱਚ ਨਾਲ ਖੜੇ ਸੀਫਾਈ ਪੰਥ ਖਾਲਸਾ ਚੈਨਲ ਤੇ ਬਹੁਤ ਜ਼ਿਆਦਾ ਔਂਕੜਾ ਨੇ ਬਹੁਤ ਜ਼ਿਆਦਾ ਰੈਸਟ੍ਰਿਕਸ਼ਨਸ ਨੇ ਤਾਂ ਹੀ ਅੱਗੇ ਵਾਦੀਆਂ ਵੀਡੀਓ ਜੇ ਤੁਸੀਂ ਇਹਨਾਂ ਨੂੰ ਅੱਗੇ ਵਧਾਉਂਦੇ ਹੋ ਉਸ ਦਾ ਮੈਨੂੰ ਕੋਈ ਲਾਭ ਨਹੀਂ ਜੇ ਮਿਲਦਾ ਮੈਂ ਬੜਾ ਸਪਸ਼ਟ ਦੱਸ ਰਿਹਾ YouTube ਤੋਂ ਮੈਨੂੰ ਹੁਣ ਕੋਈ ਪੇਮੈਂਟ ਨਹੀਂ ਆਉਂਦੀ ਮੈਨੂੰ ਫ੍ਰੀਜ਼ ਕੀਤਾ ਹੋਇਆ ਅਤੇ ਮੇਰੇ ਅਕਾਊਂਟ ਵੀ ਫ੍ਰੀਜ਼ ਕੀਤੇ ਹੋਏ ਨੇ ਤੇ ਅਨਾ ਸਮਝਿਆ ਜੇ ਕਿ ਅਤੇਂਦਰਪਾਲ ਸਿੰਘ ਕੋਈ ਕਮਾਈ ਆਸਤੇ ਆ ਕੰਮ ਕਰ ਰਿਹਾ ਹੈ ਅਤੇਂਦਰਪਾਲ ਸਿੰਘ ਸਿਰਫ ਤੇ ਸਿਰਫ ਪੰਥਕ ਦਰਦ ਵਾਸਤੇ ਜੋ ਅਕਾਲ ਪੁਰਖ ਕਰਾ ਰਿਹਾ ਉਹ ਕਰ ਰਿਹਾ ਹੈ ਨਰਲੀਬ ਕਰ ਰਿਹਾ ਮੇਰ ਪੱਖ ਕਰ ਰਿਹਾ ਨਿਸਵਾਰਥ ਕਰ ਰਿਹਾ ਤੁਹਾਡੇ ਸਹਿਯੋਗ ਦੀ ਬੜੀ ਸਖਤ ਲੋੜ ਹੈ ਤੇ ਤੁਸੀਂ ਇੰਨਾ ਸਹਿਯੋਗ ਤਾਂ ਅਵਸ਼ ਕਰ ਦਿਆ ਕਰੋ ਕਿ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤੇ ਅੱਗੇ ਪ੍ਰਮੋਸ਼ਨ ਦਾ ਜ਼ਰੂਰ ਕਰ ਦਿਆ ਕਰੋ ਤੇ ਆਪਣੇ ਗਰੁੱਪਾਂ ਵਿੱਚ ਭੇਜ ਦਿਆ ਕਰੋ ਬੇਨਤੀ ਪ੍ਰਵਾਨ ਕਰਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ